ਮਿਲਕ ਫੈਡ ਵਾਲਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜੀ ਬੜੀ ਪੁਰਾਣੀ ਡਿਮਾਂਡ ਸੀਗੀ ਕਿ ਜਦੋਂ ਫੈਸਟੀਵਲ ਆਉਂਦੇ ਸੀ ਅਸੀਂ ਦਿਵਾਲੀ ਔਰ ਲੋਹੜੀ 'ਤੇ ਇਹ ਸਿਰਫ ਕਰਦੇ ਸੀਗੇ ਅਤੇ ਆਹ ਜਿਹੜਾ ਮਹੀਨਾ ਅੱਜ ਜਿਹੜਾ ਚੜਿਆ ਪਾਤਰੋਂ ਦਾ ਮਹੀਨਾ ਇਹ ਹੁਣ ਫੈਸਟੀਵਲ ਜਿਹੜੇ ਨੇ ਇਹਨਾਂ ਦਾ ਮਹੀਨਾ ਸਟਾਰਟ ਹੋ ਗਿਆ ਉਹਦੇ 'ਚ ਜਿਹੜੇ ਪ੍ਰੋਡਕਟ ਤਿਆਰ ਕੀਤੇ ਮਿਠਾਈ ਜਿਹੜੀ ਤਿਆਰ ਕੀਤੀ ਆ ਉਹ ਹੁਣ ਪੂਰਾ ਸਾਲ ਚੱਲਿਆ ਕਰੇਗੀ ਇਕੱਲੀ ਇੰਡੀਆ 'ਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਐਕਸਪੋਰਟ ਵੀ ਕਰਾਂਗੇ ਉੱਥੇ ਪੰਜਾਬ ਦੀ ਜਿਹੜੀ ਮਿਠਾਈਆਂ ਜਾਂ ਪੰਜਾਬ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਖਾਸ ਕਰਕੇ ਪੰਜਾਬੀ ਜਾਂ ਪਾਕਿਸਤਾਨ ਵਾਲੇ ਹੋ ਗਏ ਜਾਂ ਸ਼੍ਰੀਲੰਕਾ ਜਾਂ ਜਿਹੜੀਆਂ ਵੀ ਇੱਥੇ ਨੇਪਾਲ ਵਾਲੇ ਹੋ ਗਏ ਸਾਰੀਆਂ ਕੰਟਰੀਜ਼ ਦੇ ਵਿੱਚ ਇਹਦਾ ਕਰਾਂਗੇ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਜਦੋਂ ਮਿਠਾਈਆਂ ਬਣਦੀਆਂ ਸੀ ਉਦੋਂ ਹਰ ਸਾਲ ਔਰ ਜਿਸ ਵੇਲੇ ਵੀ ਤਿਉਹਾਰ ਆਉਂਦੇ ਸੀ ਇੰਨੇ ਕੁਇੰਟਲ ਖੋਇਆ ਫੜਿਆ ਗਿਆ ਨਕਲੀ ਇੰਨੇ ਕੁਇੰਟਲ ਪਨੀਰ ਪਕੜਿਆ ਗਿਆ ਇਹ ਹੁਣ ਪਹਿਲੀ ਚੀਜ਼ ਹੋਏਗੀ ਕਿ ਇਹ ਚੀਜ਼ ਦੀ ਕਦੀ ਵੀ ਤੁਹਾਨੂੰ ਇਸ ਦੀ ਪ੍ਰੋਬਲਮ ਨਹੀਂ ਆਏਗੀ ਅਤੇ ਇਹਦਾ ਜਿਹੜਾ ਕੁਆਲਿਟੀ ਦਾ ਕੰਟਰੋਲ ਆ ਅਤੇ ਇਹਦਾ ਜਿਹੜਾ ਸਾਡੇ ਪ੍ਰੋਡਕਟ ਜਿਹੜਾ ਇਹਨਾਂ ਨੂੰ ਰਾ ਮਟੀਰੀਅਲ ਹੋਏਗਾ ਇਹ ਸਾਰੇ ਦਾ ਸਾਰਾ ਸਾਡਾ ਮਿਲਕ ਫੈਡ ਜਿਹੜਾ ਇਹ ਸਪਲਾਈ ਕਰੇਗਾ ਇਸ ਕਰਕੇ ਦੋ ਚੀਜ਼ਾਂ ਦੀ ਇਹ ਗਰੰਟੀ ਤਾਂ ਹੈਗੀ ਹੈ ਕਿ ਜਿਹੜਾ ਸਮਾਨ ਬਣੇਗਾ ਕਈ ਕੁਐਸਚਨ ਮੈਨੂੰ ਪੁੱਛਣਗੇ ਵੀ ਅਤੇ ਪ੍ਰਾਈਵੇਟ ਸੀਗੇ ਪ੍ਰਾਈਵੇਟ ਐਂਟਰਪ੍ਰਨਿਓਰ ਇਸ ਕਰਕੇ ਕੀਤੇ ਹੈ ਕਿ ਜਿਹੜੀਆਂ ਵੱਧ ਤੋਂ ਵੱਧ ਇਹਨੂੰ ਪ੍ਰੋਡਕਟ ਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਲੈ ਕੇ ਜਾਇਆ ਜਾਵੇ ਇਹਦੇ ਤਹਿਤ ਅਸੀਂ ਇਹ ਜਿਹੜੀ ਸਾਰੀਆਂ ਕੁਝ ਕੀਤਾ ਔਰ ਮੈਂ ਆਸ ਕਰਦਾ ਕਿ ਜਿਹੜੇ ਆਉਣਗੇ ਮੈਨੂੰ ਆਪਣੇ ਦਿਵਾਲੀ ਵਾਲੇ ਦਿਨ 'ਤੇ ਮੈਨੂੰ ਆਪ ਨੂੰ ਬੜੀਆਂ ਕਾਲਜ ਆਉਂਦੀਆਂ ਜੀ ਤੁਹਾਡਾ 10 ਵਜੇ ਹੀ ਜਿਹੜੇ ਮਟੀਰੀਅਲ ਖਤਮ ਹੋ ਗਿਆ 12 ਵਜੇ ਤੱਕ ਤਾਂ ਉੱਥੇ ਲੱਭੇ ਹੀ ਕੁਛ ਨਹੀਂ ਅਤੇ ਇਹਦੇ ਨਾਲ ਇਹ ਹੋਇਆ ਕਿ ਪੂਰਾ ਸਾਲ ਕੋਈ ਤਿਉਹਾਰ ਜਾਂ ਕਿਸੇ ਵੀ ਅਤੇ ਜਿੰਨੇ ਸਾਡੇ ਆਊਟਲੈਟ ਨੇ ਮਿਲਕ ਫੈਡ ਦੇ ਜਿੱਥੇ ਸਾਡੇ ਬੂਥ ਨੇ ਜਾਂ ਸਾਡੇ ਮਾਰਕਫੈਡ ਦੇ ਨੇ ਜਾਂ ਹੋਰ ਕੋਈ ਨੇ ਜਾਂ ਜਿਹੜੀ ਪ੍ਰਾਈਵੇਟ ਦੁਕਾਨਾਂ ਵੀ ਹੋਣਗੀਆਂ ਉਹਨਾਂ ਸਾਰੀਆਂ ਦੁਕਾਨਾਂ ਦੇ ਉੱਪਰ ਇਹ ਪ੍ਰੋਡਕਟ ਜਿਹੜੇ ਨੇ ਅਵੇਲੇਬਲ ਹੋਣਗੇ ਔਰ ਮੇਰਾ ਖਿਆਲ ਹੈ ਕਿ ਸਾਲ ਦੀ ਸਾਡੀ ਜਿਹੜੀ ਕਿੰਨੀ ਪ੍ਰੋਡਕਸ਼ਨ ਹੋਏਗੀ ਜਿਹੜੇ ਐਸਟੀਮੇਟਡ ਜਿਹੜਾ ਉਹਨਾਂ ਦਾ ਸਾਡੀ ਪ੍ਰੋਡਕਸ਼ਨ 30 ਕਰੋੜ ਦਾ ਮਿਨੀਮਮ ਬਿਜ਼ਨਸ ਹੋਏਗਾ 30 ਕਰੋੜ ਦਾ ਮਿਨੀਮਮ ਬਿਜ਼ਨਸ ਹੋਏਗਾ ਔਰ ਜਿਹੜਾ ਇਹ ਬਿਜ਼ਨਸ 'ਚੋਂ ਜਿਹੜਾ ਸਾਨੂੰ ਪ੍ਰੋਫਿਟ ਮਿਲਣਾ ਇਹ ਕਿਸਾਨਾਂ ਦੇ ਜਿਹੜੇ ਜਦੋਂ ਆਪਾਂ ਜਿਹੜਾ ਪ੍ਰੋਕਿਓਰਮੈਂਟ ਕਰਨੀ ਹੈ ਦੁੱਧ ਦੇ ਵਿੱਚ ਉਹਦੇ ਲਈ ਕਿਸਾਨਾਂ ਦੇ ਰੇਟ ਵਧਾਏ ਜਾਣਗੇ ਜਾਂ ਹੋਰ ਕੋਈ ਜਿਹੜੀਆਂ ਚੇਂਜਿਸ ਕੀਤੀਆਂ ਜਾਣਗੀਆਂ ਉਹਦੇ ਲਈ ਇਹਨਾਂ ਨੂੰ ਚੀਜ਼ਾਂ ਨੂੰ ਲੈ ਕੇ ਅਸੀਂ ਅੱਗੇ ਆਵਾਂਗੇ ਕਿ ਪੰਜਾਬ ਮਿਲਕ ਫੈਡ ਵਾਕਿਆ ਜਿਹੜੇ ਕੋਵਿਡ ਦੇ ਵਿੱਚ ਜਾਂ ਬਾਕੀ ਥਾਵਾਂ 'ਚ ਅਸੀਂ ਇੰਡਸਟਰੀ ਜਿਹੜੀ ਨਾ ਆਈ ਆ ਨਾ ਇੰਡਸਟਰੀ ਲਿਸਟ ਕੋਈ ਇਹ ਆਉਂਦੇ ਨੇ ਕਿ ਸਾਡੇ ਆਰ ਸੀ ਐਸ ਸਾਹਿਬ ਬੈਠੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਕਿ ਇਸ ਪ੍ਰੋਡਕਟ ਜਿਹੜਾ ਹੋਏਗਾ ਮਿਨੀਮਮ 30 ਕਰੋੜ ਦਾ ਜਿਹੜਾ ਅਸੀਂ ਇਹਦੀ ਟਰਨਓਵਰ ਹੋਏਗੀ ਔਰ ਬਹੁਤ ਵੱਡੀ ਇਹ ਟਰਨਓਵਰ ਹੈ ਅਤੇ ਇਸੇ ਤਰ੍ਹਾਂ ਹੀ ਸ਼ੂਗਰ ਫੈਡ ਦੇ ਵਿੱਚ ਅਸੀਂ 40 ਕਰੋੜ ਦਾ ਪ੍ਰੋਜੈਕਟ ਲੈ ਕੇ ਆਏ ਹਾਂ ਬਟਾਲਾ ਜਿਹੜਾ CNG ਬਣੇਗਾ ਅਤੇ 40 ਕਰੋੜ ਦਾ ਹੀ ਕੋਵਿਡ ਦੇ ਵਿੱਚ ਹੀ ਭੋਗਪੁਰ ਪ੍ਰੋਜੈਕਟ ਲੈ ਕੇ ਆਏ ਅਤੇ 125 ਕਰੋੜ ਦਾ ਕੋਜੈਨ ਦਾ ਜਿਹੜਾ ਉਹਦਾ ਸਾਡਾ ਕੱਲ੍ਹ ਦਾ ਟੈਂਡਰ ਹੋ ਗਿਆ ਤਕਰੀਬਨ ਅਸੀਂ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਕੋਈ 200 ਕਰੋੜ ਦੇ ਨੀਅਰ ਅਬਾਊਟ ਜਿਹੜੀ ਲੈ ਕੇ ਆਏ ਹਾਂ ਇਨਵੈਸਟਮੈਂਟ ਨਵੀਂ ਅਤੇ ਅਗਲੀ ਜਿਹੜੀ ਸਾਡੀ ਹੋਏਗੀ ਉਹ ਸਾਡੀ ਜਿਹੜੀ ਬਹੁਤ ਜਲਦੀ 2 ਸ਼ੂਗਰ ਮਿੱਲਾਂ ਜਿਹੜੀਆਂ 700 ਕਰੋੜ ਦੀਆਂ ਲੱਗਣੀਆਂ ਨੇ ਉਹ ਵੀ ਅਸੀਂ ਕਰ ਰਹੇ ਹਾਂ ਅਤੇ ਨਾਲ ਹੀ ਉਸ ਦਿਨ ਸਾਡੀ ਮੀਟਿੰਗ ਹੋਈ ਹੈ ਕਿ ਜਿਹੜੇ ਐਥਨੋਲ ਆ ਜਿਹੜੀ ਇਹ ਵੀ ਪਲਾਂਟ ਜਿਹੜੇ ਨੇ ਜਿਹੜੀਆਂ ਸ਼ੂਗਰ ਮਿੱਲਾਂ ਨੇ ਉਹਨਾਂ ਤੋਂ ਉਹਨੂੰ ਵੀ ਤਿਆਰ ਕਰੀਏ ਕਿ ਐਥਨੋਲ ਤਿਆਰ ਕਰਕੇ ਤਾਂ ਕਿ ਕਿਸਾਨ ਦੀ ਜਿਹੜੀ ਪੇਮੈਂਟ ਆ ਜਾਂ ਸ਼ੂਗਰ ਮਿੱਲਾਂ ਘਾਟੇ 'ਤੇ ਉਹ ਕਦੀ ਵੀ ਨਾ ਜਾਣ ਇਸ ਕਰਕੇ ਜਿਹੜੇ ਡਿਪਾਰਟਮੈਂਟ ਆ ਅਤੇ ਸਭ ਤੋਂ ਵੱਧ ਮੈਂ ਇਹਨਾਂ ਨੂੰ ਆਪਣੇ ਡਿਪਾਰਟਮੈਂਟ ਨੂੰ ਇਹ ਵੀ ਦੇਣਾ ਕਿ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਮਿਲਕ ਫੈਡ ਦੇ ਵਿੱਚ ਰੇਟ ਵਧਾਏ ਨੇ ਕਿਸਾਨ ਦਾ ਕੋਵਿਡ ਦੇ ਵਿੱਚ ਲੋਕਾਂ ਦੇ ਰੇਟ ਘਟੇ ਨੇ ਅਤੇ ਪੰਜਾਬ ਦੇ ਵਿੱਚ ਅਸੀਂ ਆਪਣੇ ਰੇਟ ਵਧਾ ਕੇ ਕਿਸਾਨ ਨੂੰ ਨਹੀਂ ਕੋਈ ਹੋਣ ਦਿੱਤਾ ਨੁਕਸਾਨ ਅਸੀਂ ਆਪ ਸਾਰੇ ਉਹਨਾਂ ਦਿਨਾਂ 'ਚ ਪ੍ਰੋਕਿਓਰਮੈਂਟ ਕਰਕੇ ਔਰ ਮੇਰੇ ਖਿਆਲ 112 ਕਰੋੜ ਦੀ ਅਸੀਂ ਕੋਵਿਡ ਦੇ ਵਿੱਚ ਹੀ ਜਿਹੜੀ ਪ੍ਰੋਕਿਓਰਮੈਂਟ ਕੀਤੀ ਸੀ ਸੋ ਮੈਂ ਚੰਡੀਗੜ੍ਹ ਵਾਲੇ ਸਵੀਟਸ ਵਾਲਿਆਂ ਨੂੰ ਵੀ ਕਹਾਂਗਾ ਇਹ ਜਿਹੜੇ ਪ੍ਰੋਡਕਟ ਇਹਨਾਂ ਦੇ ਵਿੱਚ ਮਿਠਾਈ 'ਚ ਲਿਆਉਂਦੇ ਜਾਣਗੇ ਇਹਦੇ 'ਚ ਮਿਠਾਈ ਜਿਸ ਵਿੱਚ ਕਾਜੂ ਬਰਫੀ ਹੋਏਗੀ ਬਰਾਊਨ ਪੇੜਾ ਹੋਏਗਾ ਸੋਨ ਪਾਪੜੀ ਮਿਲਕ ਕੇਕ ਨਵਰਤਨ ਲੱਡੂ ਮੋਤੀਚੂਰ ਲੱਡੂ ਨੂੰ ਲਾਂਚ ਕੀਤਾ ਗਿਆ ਅਤੇ ਉਹਨਾਂ ਨੂੰ ਮੈਂ ਕਹੂੰਗਾ ਕਿ ਅਗਲੇ ਜਿਹੜੇ ਨੇ ਹੋਰ ਵੀ ਬਿਸਕੁਟ ਵਾਲੇ ਪਾਸੇ ਵੀ ਜਾਣ ਕਿਉਂਕਿ ਬੱਚੇ ਉਹ ਵੀ ਬਹੁਤ ਖਾਂਦੇ ਨੇ
ਅਤੇ ਨਾਲ ਹੀ ਮੈਡਮ ਬੈਠਿਆ ਜਾਂ ਬਾਕੀ ਤੁਸੀਂ ਬੈਠੋ, ਇਹ ਵੀ ਮੁਬਾਰਕਬਾਦ ਦੇਣਾ ਕਿ ਸਾਡਾ ਜਿਹੜਾ ਆਈਸਕ੍ਰੀਮ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਅਚੀਵਮੈਂਟ ਲਈ ਆ। ਔਰ ਮੈਂ ਇਹਨਾਂ ਡਿਪਾਰਟਮੈਂਟ ਨੂੰ ਕਹੂੰਗਾ ਕਿ ਮੈਂ ਕਈ ਵਾਰ ਆਪ ਵੀ ਦੁਕਾਨਾਂ 'ਤੇ ਜਾਂਦਾ, ਉਹ ਕਹਿੰਦੇ ਜੀ ਤੁਹਾਡੀ ਥੋੜ੍ਹੀ ਜਿਹੀ ਸਪਲਾਈ ਘੱਟ, ਇਹਨੂੰ ਸਪਲਾਈ ਨੂੰ ਵਧਾ ਕੇ ਔਰ ਮੈਕਸੀਮਮ ਕਰ ਦਈਏ ਅਤੇ ਅਸੀਂ ਬਾਕੀ ਆਈਸਕ੍ਰੀਮ ਦੇ ਨਾਲੋਂ ਬੈਟਰ ਕੰਮ ਕਰਾਂਗੇ। ਮੈਂ ਤੁਹਾਨੂੰ ਡਿਪਾਰਟਮੈਂਟ ਨੂੰ ਔਰ ਚੰਡੀਗੜ੍ਹ ਸਵੀਟਸ ਵਾਲਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਡਾ ਅੱਜ ਵਧੀਆ ਦਿਨ 'ਤੇ, ਸੰਗਰਾਂਦ ਵਾਲੇ ਦਿਨ 'ਤੇ ਗੁਰੂ ਮਹਾਰਾਜ ਦੇ ਨਾਂ 'ਤੇ ਇਹਨੂੰ ਆਪਾਂ ਸਟਾਰਟ ਕਰ ਰਹੇ ਹਾਂ ਔਰ ਇਹਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ। ਔਰ ਮੈਂ ਆਸ ਕਰਦਾ ਕਿ 2-4 ਮਹੀਨਿਆਂ ਦੇ ਵਿੱਚ ਲੋਕਾਂ ਨੂੰ ਇਹਦਾ ਰਿਜ਼ਲਟ ਪਤਾ ਲੱਗ ਜਾਵੇ। ਮਿਨਿਸਟਰ ਸਾਹਿਬ ਨੇ ਹੁਣੇ ਮੈਂਸ਼ਨ ਕੀਤਾ ਆਈਸਕ੍ਰੀਮ ਦਾ, ਵਿੱਚ ਹੋਰ ਨਵੇਂ ਪ੍ਰੋਡਕਟ ਲੈ ਕੇ ਆਇਆ, ਕਿਹੜੇ ਕਿਹੜੇ ਪ੍ਰੋਡਕਟ ਨੇ ਔਰ ਕੀ ਲੱਗਦਾ ਹੈ ਕਿ ਮਾਰਕੀਟ ਦੇ ਵਿੱਚੋਂ ਜੇ ਨਵੇਂ ਪ੍ਰੋਡਕਟ ਲੈ ਕੇ ਆਏ ਤਾਂ ਪਹਿਲਾਂ ਵਾਲੇ ਕਿਸ ਤਰ੍ਹਾਂ ਦਾ ਰਿਸਪੋਂਸ ਹੁੰਦਾ? ਪਹਿਲੀ ਚੀਜ਼ ਤਾਂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਮਿਲਕਫੈਡ ਨੇ ਜਿਹੜੇ ਪਿੱਛੇ ਵੀ ਆਈਸਕ੍ਰੀਮ ਜਾਂ ਹੋਰ ਪ੍ਰੋਡਕਟ ਅਸੀਂ ਲੈ ਕੇ ਆਏ, ਵੱਖ ਵੱਖ ਯੋਗਰਟ ਲੈ ਕੇ ਆਏ ਹਾਂ, ਹੁਣ ਜਿਹੜਾ ਮੋਜ਼ਰੇਲਾ ਲੈ ਕੇ ਆਵਾਂਗੇ ਪਨੀਰ, ਨਾਲ ਹੀ ਨਵਾਂ ਇੱਕ ਪਲਾਂਟ ਆਪਣਾ ਮੇਰੇ ਖਿਆਲ ਬਹੁਤ ਜਲਦੀ ਪਨੀਰ ਦਾ ਜਿਹੜਾ ਉਹ ਵੀ ਇੰਸਟਾਲ ਹੋ ਰਿਹਾ। ਅਤੇ ਇੱਥੇ ਡੇਰਾਬਾਸੀ 'ਚ ਅਸੀਂ 5 ਜਾਂ 6 ਸਤੰਬਰ ਨੂੰ ਜਿਹੜਾ ਮੈਗਾ ਹੈਗਾ ਮਿਲਕ ਪਲਾਂਟ ਜਿਹੜਾ ਉਹਦੀ ਵੀ ਇਨੋਗਰੇਸ਼ਨ ਕਰਨ ਜਾ ਰਹੇ, ਉਹ ਕੋਈ 5,56 ਕਰੋੜ ਦਾ ਟੋਟਲ ਪ੍ਰੋਜੈਕਟ ਹੈ। ਫਸਟ ਫੇਜ਼ ਦੇ ਵਿੱਚ ਉਹਨੂੰ ਚਲਾਉਣ ਲੱਗੇ, ਸੈਕਿੰਡ ਫੇਜ਼ ਥਰਡ ਉਹਨੂੰ ਚਲੀ ਜਾਏਗੀ ਔਰ 11 ਲੱਖ ਲੀਟਰ ਜਿਹੜਾ ਪਰ ਡੇ ਉਹਦੀ ਕਪੈਸਿਟੀ ਹੋਵੇਗੀ। ਜਿਹੜੀ ਆਹ ਚੀਜ਼ ਅਸੀਂ ਲੈ ਕੇ ਆਏ ਹਾਂ ਵੇਰਕਾ ਦੀ, ਇਹ ਬੜੀ ਵੱਡੀ ਪੁਰਾਣੀ ਡਿਮਾਂਡ ਸੀਗੀ ਕਿ ਜਿਸ ਵੇਲੇ ਸਾਡੇ ਜਦੋਂ ਦਿਵਾਲੀ ਜਾਂ ਲੋਹੜੀ ਆਉਂਦੀ ਸੀ ਉਸ ਦਿਨ ਹੀ ਉਹਨਾਂ ਨੂੰ ਕੀਤਾ ਜਾਂਦਾ ਸੀ ਔਰ ਮੇਰੇ ਖਿਆਲ ਕਿ 11-12 ਵਜੇ ਤੱਕ ਟੋਟਲ ਉੱਥੋਂ ਜਿਹੜਾ ਸਟੋਕ ਖਤਮ ਹੋ ਜਾਂਦਾ ਸੀ। ਅਸੀਂ ਇਹ ਸੋਚਿਆ ਕਿ ਜੇ ਇਹਨਾਂ ਸਾਰਿਆਂ ਨੂੰ ਕਰਨ ਲਈ ਅਤੇ ਹਰ ਵਾਰੀ ਆਉਂਦੀ ਆ ਕਿ 1 ਕਿਲੋ ਪਨੀਰ, 1 ਕੁਇੰਟਲ ਪਨੀਰ, 1 ਕਿਲੋ ਖੋਆ, 1 ਕੁਇੰਟਲ ਖੋਆ, ਜਿਹੜਾ ਪੂਰੀ ਜਿਹੜਾ ਅਡਲਟਰੇਟਡ ਮਠਿਆਈਆਂ ਫੜੀਆਂ ਗਈਆਂ ਨੇ ਅਤੇ ਲੋਕਾਂ ਦੇ ਮਨ 'ਚ ਸਹਿਮ ਰਹਿੰਦਾ ਸੀ। ਸੋ ਅਸੀਂ ਸਾਰਿਆਂ ਨੇ ਸੋਚਿਆ ਕਿ ਕਿਉਂ ਨਾ ਪੰਜਾਬ ਵੇਰਕਾ ਵਾਲੇ ਮਿਲਕਫੈਡ ਵਾਲੇ ਇੱਕ ਤਾਂ ਅਸ਼ੋਰੈਂਸ ਅਸੀਂ ਦਾਂਗੇ ਕਿ ਜਿਹੜੀ ਇੱਥੇ ਚੀਜ਼ ਬਣੇਗੀ ਉਹ ਜਿਹੜੀ ਚੀਜ਼ ਆ ਉਹ ਪਿਓਰ ਹੋਏਗੀ ਔਰ ਉਹਦੇ 'ਤੇ ਕਦੀ ਵੀ ਕੋਈ ਉਂਗਲ ਖੜੀ ਨਹੀਂ ਕਰ ਸਕਦਾ। ਕਿਉਂਕਿ ਅੱਜ ਤੱਕ ਜਿਹੜੇ ਵੀ ਸਾਡੇ ਅਸੀਂ ਜੋ ਕੰਮ ਕੀਤੇ ਨੇ, ਚਾਹੇ ਕੋਵਿਡ ਸੀਗਾ, ਕੋਵਿਡ ਦੇ ਵਿੱਚ ਜਾਂ ਕੋਵਿਡ ਤੋਂ ਪਹਿਲਾਂ ਜਾਂ ਉਹਦੇ ਤੋਂ ਬਾਅਦ ਜਾਂ ਆਈਸਕ੍ਰੀਮ ਦੇ ਵਿੱਚ 96% ਅਸੀਂ ਇਨਕਰੀਜ਼ ਕੀਤੀ ਹੈ ਪਿਛਲੇ ਸਾਲ ਨਾਲੋਂ ਆਈਸਕ੍ਰੀਮ ਦੀ, ਤਾਂ ਸਾਡੀ ਅਵੇਲੇਬਿਲਿਟੀ ਇੰਨੀ ਜ਼ਿਆਦਾ ਸਾਨੂੰ ਡਿਮਾਂਡ ਆ ਗਈ ਕਿ ਸਾਡੇ ਕੋਲ ਉਹ ਪੂਰੀ ਡਿਮਾਂਡ ਹੋ ਵੀ ਨਹੀਂ ਰਹੀ। ਬਾਹਰਲੀਆਂ ਸਟੇਟਾਂ ਦੇ ਵਿੱਚ ਸਾਡੀ ਜਿਹੜੀ ਡਿਮਾਂਡ ਹੈ ਉਹ ਵੀ ਬੜੀ, ਬਾਹਰਲੀਆਂ ਕੰਟਰੀਆਂ 'ਚ ਇੱਥੋਂ ਤੱਕ ਕਿ ਅਸੀਂ ਵੇਰਕਾ ਪ੍ਰੋਡਕਟ ਲੈ ਕੇ ਚੱਲਦੇ ਹਾਂ। ਇਹ ਜਿਹੜੀ ਚੀਜ਼ ਹੈ ਕਿ ਇਹਦੀ ਜਿਹੜੀ ਸ਼ੈਲਫ ਲਾਈਫ ਹੋਏਗੀ, ਜੇ ਤਾਂ ਫਰੀਜ਼ਰ 'ਚ ਰੱਖਿਆ ਜਾਏਗਾ ਇਹ 18 ਮਹੀਨੇ ਤੱਕ ਰਹੇਗੀ, ਜੇ ਨੋਰਮਲ ਫਰਿੱਜ 'ਚ ਰੱਖੋਗੇ ਤਾਂ 90 ਦਿਨ ਹੋਏਗੀ, ਅਤੇ ਜੇ ਤੁਸੀਂ ਬਾਹਰ ਰੱਖੋਗੇ ਤਾਂ ਲੱਡੂਆਂ ਦੀ 15 ਦਿਨ, ਅਤੇ ਦੂਸਰੀ ਜਿਹੜੀ ਪ੍ਰੋਡਕਟ ਨੇ ਉਹ ਤੁਹਾਡੇ 45 ਦਿਨ ਚੱਲਣਗੇ। ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਆਪਾਂ ਸਾਰੇ ਹੀ ਮਠਿਆਈ ਲੈ ਕੇ ਆਉਂਦੇ ਹਾਂ ਜਾਂ ਕੋਈ ਚੀਜ਼ ਲੈ ਕੇ ਆਉਂਦੇ, ਉਹਦੇ 'ਚ ਲਿਖਿਆ ਹੁੰਦਾ ਕਿ 24 ਆਵਰ 'ਚ ਇਹਨੂੰ ਕੰਜ਼ਿਊਮ ਕਰ ਲਓ। ਇਹ ਚੀਜ਼ ਖਤਮ ਕਰ ਦਿੱਤੀ ਗਈ ਹੈ ਕਿ ਲੋਕ 25 ਦਿਨ, 50 ਦਿਨ, 40 ਦਿਨ ਇਸ ਚੀਜ਼ ਨੂੰ ਰੱਖਣਗੇ ਅਤੇ ਇਹ ਚੀਜ਼ ਖਰਾਬ ਨਹੀਂ ਹੋਏਗੀ। ਅਤੇ ਇਹਦੇ ਨਾਲ ਹੀ ਅਸੀਂ 30 ਕਰੋੜ ਦਾ ਜਿਹੜਾ ਬਿਜ਼ਨਸ ਜਿਹੜਾ ਸਾਲ ਦਾ ਕਰਾਂਗੇ ਔਰ ਜੋ ਇਹਦੇ 'ਚੋਂ ਪ੍ਰੋਫਿਟ ਹੋਏਗਾ ਸਾਡਾ, ਇਹ ਜੁਆਇੰਟ ਵੈਂਚਰ 'ਚ ਅਸੀਂ ਕੀਤਾ ਕਿਉਂਕਿ ਜਿਹੜੀ ਮਿਠਾਈਆਂ ਜਾਂ ਹੋਰ ਕੋਈ ਕਰਨਾ, ਸਾਡਾ ਰੋ ਮਟੀਰੀਅਲ ਜਿੰਨਾ ਹੋਏਗਾ, ਜਿੰਨਾ ਇਹਦੇ 'ਚ ਦੁੱਧ ਲੱਗੇਗਾ, ਜੋ ਇਹਦੇ 'ਚ ਪਨੀਰ, ਮੱਖਣ, ਘਿਓ ਜੋ ਵੀ ਲੱਗਣਾ ਉਹ ਸਾਰਾ ਵੇਰਕਾ ਕਰੇਗਾ ਔਰ ਕੁਆਲਿਟੀ ਕੰਟਰੋਲ ਜਿਹੜਾ ਇਹਦਾ ਕੰਟਰੋਲ ਹੋਏਗਾ ਉਹ ਸਾਡੇ ਕੋਲ, ਇਹਦਾ ਕੰਟਰੋਲ ਜਿਹੜਾ ਡਿਪਾਰਟਮੈਂਟ ਨੇ ਆਪਣਾ ਜਿਹੜਾ ਕੁਆਲਿਟੀ ਕੰਟਰੋਲ ਸਾਡਾ ਜਨਰਲ ਮੈਨੇਜਰ ਹੋਏਗਾ ਉਹਦੇ 'ਤੇ ਡੇ ਟੂ ਡੇ ਇਹਦੇ 'ਤੇ ਆਪਣਾ ਕੰਟਰੋਲ ਰੱਖੇ। ਪ੍ਰੋਡਕਟ ਨੋ ਡਾਊਟ ਕਿਤੇ ਨਾ ਕਿਤੇ ਲੋਕ ਇਹ ਸੋਚਦੇ ਆ ਕਿ ਜੇ ਕਿਸੇ ਹੋਰ ਕੰਪਨੀ ਦਾ ਬਾਹਰੋਂ ਲੈਂਦਾ, ਕੋਈ ਘਿਓ ਵੀ ਲੈਂਦਾ ਜਾਂ ਕੁਛ ਲੈਂਦਾ, ਤਾਂ ਡਰ ਰਹਿੰਦਾ ਕਿਤੇ ਮਿਲਾਵਟ ਨਾ ਹੋਵੇ। ਲੋਕਾਂ ਨੂੰ ਘੱਟੋ ਘੱਟ ਇਹ ਹੈ ਕਿ ਵੇਰਕਾ 'ਚ ਮਿਲਾਵਟ ਨਹੀਂ ਹੋਏਗੀ, ਪਰ ਉਹਦੀ ਸਪਲਾਈ ਨੂੰ ਲੈ ਕੇ ਦਿੱਕਤ ਆ ਜਾਂਦੀ ਹੈ। ਮੈਂ ਖੁਦ ਹੀ ਲੈ ਲਾ ਤਾਂ ਮੈਨੂੰ ਵੀ ਲੱਗਦਾ ਕਿ ਯਾਰ ਵੇਰਕਾ ਲੈ ਲਈਏ, ਇਹ 'ਚ ਘੱਟੋ ਘੱਟ ਕਿਸੇ ਸਰਕਾਰੀ ਅਫਸਰ ਨੇ ਮਿਲਾਵਟ ਤਾਂ ਨਹੀਂ ਕੀਤੀ ਹੋਣੀ, ਉਹਦੀ ਪਰਸਨਲ ਜੇਬ 'ਚ ਨਹੀਂ ਜਾਣਾ, ਪਰ ਉਹਦੀ ਸਪਲਾਈ ਦਿੱਕਤ ਆ। ਇਹ ਇਹੀ ਮੈਂ ਕਰ ਰਿਹਾ ਕਿ ਅਸੀਂ, ਮੈਂ 3.5 ਸਾਲ ਪਹਿਲਾਂ ਇਹ ਡਿਪਾਰਟਮੈਂਟ ਨੂੰ ਟੇਕ ਓਵਰ ਕੀਤਾ, ਉਹਦੇ ਬਾਅਦ ਤੁਹਾਨੂੰ ਅਸੀਂ ਸਾਰੀਆਂ ਲਿਸਟਾਂ ਵੀ ਦੇਵਾਂਗੇ, ਕਰਾਂਗੇ ਵੀ, ਕਿਉਂਕਿ ਅੱਜ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿ ਅੱਜ ਤਾਲਿਬਾਨਾਂ ਦਾ ਵੀ ਉੱਥੇ ਪਿਆ, 15 ਅਗਸਤ ਦੀਆਂ ਕੱਲ੍ਹ ਨਿਊਜ਼ ਆਉਣੀ ਆ, ਇਹ ਤੁਹਾਨੂੰ ਫਿਰ ਦੁਬਾਰਾ ਇੱਕ ਦਿਨ ਬੁਲਾਉਣਾ, ਉਹਦੇ 'ਚ ਇੱਕ ਇੱਕ ਆਈਟਮ ਵਾਈਜ਼ ਤੁਹਾਨੂੰ ਪੂਰਾ ਪੈਂਫਲੇਟ ਦੇਵਾਂਗੇ
कि साड़ी इस डिपार्टमेंट ने की अचीवमेंट्स कीतिया ने। देखो कभी भी तुम नाल दिया स्टेटा वेख लोगे किसी स्टेट ने कोविड के फार्मर के दुध का रेट नहीं वधाया, असी चार वारी पंजाब रेट भी वधाया और उन्होंने ये नहीं थले नहीं जान दिता। मेरे ख्याल 112% 112 करोड़ रुपये का ही एक्स्ट्रा दुध कोविड के दिनों खरीदा, जो सारे दुध ही बंद करके तो प्राइवेट प्लांट जोड़े से उन्होंने दुध लेना बंद करता, वो असी अपना दुध लैके तो लोगों सारे तुम तो फिरते रहे घूमते रहे हो। असी कोविड के दौरान जो करफ्यू लग गया असी सप्लाई नहीं टुटन दी से, एक अद्धा दिन जी सू प्रॉब्लम आई वो पासिस करके आ गई कि जेडे वो पास मिलने से करफ्यू पास मिलने वो सू दिक्कत आई तो वह भी असी कर दी। आ जड़ी चीज़ा ने हाँ जी पौने चौबी परसेंट इनक्रीज आई सी साड़ी पंजा दिनों के बहुत लंबा चौड़े पौने 24% 5 दिन के इनक्रीज आई। तुम्हें जी मैं चीज़ दस लगा कि अज असी 6 प्रोडक्ट इन्हों किया उसके बाद कोई 30 प्रोडक्ट जोड़े ने बच्चे बिस्किट भी होने, ये सारे असी करांगे तो कल इंडिया च नहीं होने पूरे वर्ल्ड के नाँ जरा जाएगा और ये तो जी सू इनकम होगी जो सा रॉयल्टी आ वो प्योरली किसान के खात्यां बेनीफिट लिए तैयार कर। देखो इन्हों ऑलरेडी 7 कंट्री